ਲੋ ਜੀ ਅੱਲਾ ਦਾ ਨਾਂ ਲੈ ਕੇ ਸ਼ੁਰੂ ਕਰਨ ਲੱਗੇ ਜੇ ਬਿਸਮਿਲਾ ਪੜ੍ਹ ਕੇ ਓਪਨਰ ਤਾਂ ਭੇਜ ਤੀ ਬੈਂਕ 11 ਬੀ ਨੇ ਅਤੇ ਉੱਧਰੋਂ ਬਾਲਰ ਵੀ ਪੀਪਲ ਕਲੋਨੀ ਜਿਮਖਾਨਾ ਦਾ ਆ ਗਿਆ। ਅੱਜ ਮੈਚ ਬੈਂਕ 11 ਬੀ ਦਾ ਅਤੇ ਪੀਪਲ ਕਲੋਨੀ ਜਿਮਖਾਨਾ ਦਾ, ਅਤੇ ਵੇਖੋ ਹੁਣ ਤੁਹਾਨੂੰ ਬਾਕੀ ਮਨਾਜ਼ਰ ਵੱਖੇ ਵੱਖੇ ਨਾਲ ਵਿਖਾਵਾਂਗੇ। ਚੱਲ ਲਓ ਜੀ, ਪਹਿਲੀ ਗੇਂਦ ਕੀਤੀ ਵਲੀ ਸਾਹਿਬ ਨੇ, ਗੇਂਦ ਨੂੰ ਮਾਰੀ ਸ਼ਾਟ ਅਤੇ ਗੇਂਦ ਬਾਉਂਡਰੀ ਤੋਂ ਬਾਹਰ। ਲਓ ਜੀ, ਬਾਲਰ ਨੇ ਗੇਂਦ ਕੀਤੀ ਅਤੇ ਅਲੀ ਸਾਹਿਬ ਨੇ ਬੈਟ ਘੁਮਾਇਆ, ਲੇਕਿਨ ਗੇਂਦ ਡੇਢ ਦੀ ਫੀਲਡਰ ਦੇ ਕੋਲ, ਫੀਲਡਰ ਨੇ ਗੇਂਦ ਛੱਡ ਛੱਡੀ, ਗੇਂਦ ਚੌਕੇ ਤੋਂ ਬਾਹਰ, ਚੌਕਾ। ਬਾਲਰ ਗੇਂਦ ਕਰਨ ਵਾਸਤੇ ਤਿਆਰ, ਬਾਲਰ ਨੇ ਗੇਂਦ ਕੀਤੀ, ਬੈਟਸਮੈਨ ਨੇ ਚੀਕਾ ਘੁਮਾਇਆ, ਨਹੀਂ ਬੱਚਾ ਚੀਕਾ ਘੁਮਾਤਾ ਭੈਣ। ਲਓ ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਬੈਟਸਮੈਨ ਨੇ ਸ਼ਾਟ ਮਾਰੀ ਲੇਕਿਨ ਆਊਟ। ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਨਵਾਂ ਬਾਲਰ ਗੇਂਦ ਘੁਮਾਏਗਾ, ਗੇਂਦ ਘੁਮਾਈ ਲੇਕਿਨ ਬਹੁਤ ਸੋਹਣੀ ਗੇਂਦ ਕੀਤੀ ਫੀਲਡਰ। ਲਓ ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਬੈਟਸਮੈਨ ਨੇ ਬਹੁਤ ਹੀ ਸੋਹਣੀ ਸ਼ਾਟ ਮਾਰੀ ਹੈ, 6 ਸਕੋਰ ਮਿਲੇਗੀ ਬੈਂਕ 11 ਵਿੱਚ। ਲਓ ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਬੈਟਸਮੈਨ ਨੇ ਵਗਾਤਾ ਬੱਲਾ ਘੁਮਾ ਕੇ ਗੇਂਦ ਬੋਲੀ ਤੋਂ ਬਾਹਰ। ਲਓ ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਬੈਟਸਮੈਨ ਨੇ ਕੜੀ ਮੁੜੀ ਛੱਕਾ ਮਾਰਨ ਦਾ ਠੇਕਾ ਹੀ ਲੈ ਲਿਆ, 6 ਸਕੋਰ ਮਿਲੇਗੀ ਬੈਂਕ 11 ਵਿੱਚ ਨੂੰ। ਬਾਲਰ ਗੇਂਦ ਕਰਨ ਵਾਸਤੇ ਤਿਆਰ, ਲਗਾਤਾਰ ਚੌਥਾ ਛੱਕਾ ਖਾ ਲਿਆ ਬਾਲਰ ਨੇ, ਬੈਟਸਮੈਨ ਬਹੁਤ ਹੀ ਸੋਹਣਾ ਬੈਟ ਘੁਮਾਇਆ ਗੇਂਦ ਬੋਲੀ ਤੋਂ ਬਾਅਦ। ਲਓ ਜੀ, 4 ਛਿੱਕੇ ਖਾਣ ਤੋਂ ਬਾਅਦ ਬਾਲਰ 5ਵੀਂ ਗੇਂਦ ਕਰਨ ਵਾਸਤੇ ਤਿਆਰ, ਬੜੀ ਛੱਤ ਰੱਖਣਾ ਵੇਖ ਰਿਹਾ ਬੈਟਸਮੈਨ ਨੂੰ, ਕੁੜੀ ਪਾ ਕੇ ਗੇਂਦ ਕਰਾਈ, ਬੈਟਸਮੈਨ ਨੇ ਫਿਰ ਛਾਟ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ 4 ਸਕੋਰ ਮਿਲੇਗਾ ਜੀ। ਲਓ ਜੀ, ਬਾਲਰ ਗੇਂਦ ਕਰਨ ਵਾਸਤੇ ਤਿਆਰ, ਨਵਾਂ ਬਾਲਰ ਆਇਆ, ਗੇਂਦ ਕੀਤੀ, ਬਹੁਤ ਸੋਹਣੀ ਗੇਂਦ ਕੀਤੀ ਲੇਕਿਨ ਫੋਰ ਟਸ ਹੋ ਗਿਆ, ਫੀਲਡਰ ਗੇਂਦ ਦੇ ਥੱਲੇ, ਫੀਲਡਰ ਗੇਂਦ ਫੜਾ, ਗੇਂਦ ਛੱਡ ਛੱਡੀ ਫੀਲਡਰ ਨੇ, ਗੇਂਦ ਬਾਲਰ ਨੇ ਗੇਂਦ ਕੀਤੀ, ਬੈਟਸਮੈਨ ਨੇ ਲੈਫਟ ਕੀਤੀ, ਬਹੁਤ ਅੱਛੀ ਲੈਫਟ ਕੀਤੀ ਵਾਈਟ। ਬਾਲਰ ਗੇਂਦ ਕਰਨ ਵਾਸਤੇ ਤਿਆਰ, ਗੇਂਦ ਕੀਤੀ, ਫਿਰ ਵਾਈਟ ਬਾਲ। ਲਓ ਜੀ, ਬਾਲਰ ਗੇਂਦ ਕਰਨ ਨੂੰ ਤਿਆਰ, ਸਲੋ ਗੇਂਦ ਕੀਤੀ ਲੇਕਿਨ ਕਾਮਯਾਬ ਗੇਂਦ, ਗੇਂਦ ਬਾਲਰ ਗੇਂਦ ਕਰਨ ਵਾਸਤੇ ਤਿਆਰ, ਬਹੁਤ ਸੋਹਣੀਆਂ ਗੇਂਦਾਂ ਕਰ ਚੁੱਕਿਆ, 3 ਗੇਂਦਾਂ ਬੜੀਆਂ ਸੋਹਣੀਆਂ, 3 ਗੇਂਦਾਂ ਅਤੇ 2 ਵਾਈਟਾਂ ਅਤੇ ਉਂਝ 2 ਸਕੋਰ, 4 ਸਕੋਰ ਮਿਲੀ 3 ਗੇਂਦਾਂ 'ਤੇ। ਚੌਥੀ ਗੇਂਦ ਕੀਤੀ, 9 ਬਾਲ ਦਾ ਇਸ਼ਾਰਾ, ਅੰਪਾਇਰ ਨੇ ਇਸ਼ਾਰਾ ਕੀਤਾ 9 ਬਾਲ, ਅਰਫਾਨ ਸਾਹਿਬ ਅੰਪਾਇਰ ਖਲੋਤੇ ਨੇ, ਬਹੁਤ ਦੇਰ ਦੇ ਖਲੋਤੇ ਨੇ, ਸਵੇਰ ਦੇ ਆਏ ਨੇ, ਨਾਸ਼ਤਾ ਕਰਕੇ ਅੰਪਾਇਰ ਹੀ ਖਲੋਤੇ ਨੇ। ਬਾਲਰ ਸਾਹਿਬ ਗੇਂਦ ਕਰਨ ਵਾਸਤੇ ਤਿਆਰ, ਲਓ ਜੀ, ਬਾਲਰ ਨੇ ਬਾਂਹ ਕਮਾਈ, ਗੇਂਦ ਕੀਤੀ, ਫਿਰ 9 ਬਾਲ ਕਰ ਲਈ, 9 ਬਾਲ ਇੰਝ ਕਰ ਲਿਆ ਜਾਈਦੇ, ਸਵਾਦ ਦਾ ਕੰਮ ਹੈ। ਅੰਪਾਇਰ ਫੀਲਡਰ ਨੂੰ ਦੱਸ ਰਿਹਾ ਕਿ ਇਹਦੀ ਪੈਰ ਜਿਹੜਾ ਬਾਉਂਡਰੀ ਕ੍ਰੀਜ਼ ਤੋਂ ਬਾਹਰ ਹੈ, ਅਤੇ ਲੇਕਿਨ ਬਾਲਰ ਨੇ ਰੌਲਾ ਪਾਤਾ, ਬਾਲਰ ਕਹਿੰਦਾ ਨਹੀਂ ਮੇਰਾ ਪੈਰ ਅੰਦਰ ਹੈ, ਹੁਣ ਅੰਦਰ ਬਾਹਰ ਦਾ ਰੌਲਾ ਪਿਆ, ਵੇਖੋ ਕੀ ਬਣਦਾ। ਆਖਰਕਾਰ ਫੈਸਲਾ ਆਇਆ ਕਿ 9 ਬਾਲ ਹੀ ਸੀ। ਗੇਂਦ ਘੁਮਾਈ, ਸੋਹਣੀ ਸ਼ਾਟ, 1 ਸਕੋਰ ਲੈਣ ਦਾ ਖਰਚਾ, ਦੂਸਰੀ ਗੇਂਦ ਲੈਣ, ਦੂਜੀ ਸਕੋਰ ਲੈਣ ਵਾਸਤੇ ਦੌੜ ਪਿਆ, ਫੀਲਡਰ ਗੇਂਦ ਛੋਟੀ, ਗੇਂਦ ਬਹੁਤ ਆਊਟ ਹੋਣ ਤੋਂ ਬਚ ਗਿਆ। ਬਾਲਰ ਦਾ ਓਵਰ ਨਹੀਂ ਮੁੱਕ ਰਿਹਾ, ਐਂ ਲੱਗਦਾ ਜਿਵੇਂ ਕਾਰਟੂਨ ਲੱਗੇ ਨੇ। ਲੋ ਇੱਕ ਸਲੋ ਗੇਂਦ ਕੀਤੀ ਲੇਕਿਨ ਬਹੁਤ ਸੋਹਣੀ ਗੇਂਦ, ਡਾਟ ਬਾਲ। ਆਖਿਰਕਾਰ ਲਾਸਟ ਗੇਂਦ ਕਰੇਗਾ ਬਾਲਰ, ਗੇਂਦ ਕੀਤੀ, ਬੈਟਸਮੈਨ ਨੇ ਬੱਲਾ ਘੁਮਾਇਆ ਲੇਕਿਨ 1 ਸਕੋਰ ਲੇਗਾ, ਦੂਸਰੀ ਸਕੋਰ ਲੈਣ ਵਾਸਤੇ ਵੀ ਦੌੜਨ ਲੱਗਾ, ਗੇਂਦ ਦੌੜ ਪਿਆ, ਸਕੋਰ ਲੈਣ ਵਾਸਤੇ ਦੌੜ ਗਿਆ, ਫੀਲਡਰ ਨੇ ਥਰੋ ਸੁੱਟਿਆ, ਆਊਟ ਹੋ ਗਿਆ ਲੱਗਦਾ, ਮੈਨੂੰ ਤਾਂ ਲੱਗਦਾ ਆਊਟ ਹੋਇਆ ਕਿ ਨਹੀਂ, ਅੰਪਾਇਰ ਦਾ ਫੈਸਲਾ ਦੇਖਣਾ ਪਏਗਾ, ਅੰਪਾਇਰ ਕੀ ਕਹਿੰਦਾ, ਅੰਪਾਇਰ ਫੈਸਲਾ ਦੇ ਹੀ ਨਹੀਂ ਰਿਹਾ, ਮੈਨੂੰ ਲੱਗਦਾ ਅੰਪਾਇਰ ਕੋਈ ਲੈ ਨਹੀਂ, ਆਊਟ ਨਹੀਂ ਹੋਇਆ। ਬਾਲਰ ਗੇਂਦ ਕਰਨ ਵਾਸਤੇ ਤਿਆਰ, ਗੇਂਦ ਸਲੋ ਗੇਂਦ ਫਿਰ ਕੀਤੀ ਲੇਕਿਨ ਐਸ ਦਫਾ ਵਾਈਡ ਗੇਂਦ ਕੀਤੀ। ਲਓ ਜੀ, ਬਾਲਰ ਨੇ ਗੇਂਦ ਕੀਤੀ, ਸਲੋ ਗੇਂਦ ਕੀਤੀ, ਬੈਟਸਮੈਨ ਨੇ ਬੱਲਾ ਘੁਮਾਇਆ ਗੇਂਦ ਬੋਲੀ ਤੋਂ ਬਾਅਦ। ਕ੍ਰਿਕਟ ਦੀ ਦੁਨੀਆ 'ਚ ਨਵਾਂ ਨਾਮ ਮੁਹੰਮਦ ਅਲੀ, ਬਹੁਤ ਹੀ ਛਿੱਕੇ ਮਾਰਨ ਦਾ ਠੇਕਾ ਲੈ ਲਿਆ ਇਹਨਾਂ ਨੇ, ਅੱਜ 5 ਛਿੱਕੇ ਮਾਰ ਚੁੱਕੇ ਨੇ, 3 ਓਵਰਾਂ 'ਚ 9 ਸਕੋਰ ਹੋ ਗਈ ਬੈਂਕ 11 ਬੀ ਦੀ। ਨਵਾਂ ਬਾਲਰ ਗੇਂਦ ਕਰਨ ਵਾਸਤੇ ਤਿਆਰ, ਪੀਪਲ ਕਲੋਨੀ ਜਿਮਖਾਨਾ ਨੇ ਨਵਾਂ ਬਾਲਰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਵੇਖੋ ਹੁਣ ਕੀ ਬਣਦਾ। ਗੇਂਦ ਕਰਨ ਵਾਸਤੇ ਤਿਆਰ, ਗੇਂਦ ਦੌੜਦਾ ਦੌੜਦਾ, ਗੇਂਦ ਕਰਾ ਛੱਡੀ, ਬੈਟਸਮੈਨ ਬੀਟ। ਦੂਸਰਾ ਗੇਂਦ ਕਰਨ ਵਾਸਤੇ ਬਾਲਰ ਤਿਆਰ, ਪਹਿਲਾ ਗੇਂਦ ਬੀਟ ਕੀਤਾ, ਦੂਸਰਾ ਗੇਂਦ ਕੀਤਾ, ਬੈਟਸਮੈਨ ਨੇ ਬੱਲਾ ਘੁਮਾਇਆ ਕਿ ਗੇਂਦ ਐਚ ਹੋ ਗਿਆ, ਗੇਂਦ ਹਵਾ ਦੇ ਵਿੱਚ, ਫੀਲਡਰ ਗੇਂਦ ਦੇ ਥੱਲੇ, ਕੈਚ, ਬਹੁਤ ਸੋਹਣਾ ਕੈਚ। ਲਓ ਜੀ, ਹਾਫਰ ਫਾਨ ਸਾਹਿਬ ਬਹੁਤ ਸੋਹਣੀ ਬੱਲੇਬਾਜ਼ੀ ਕਰਦੇ ਨੇ, ਬਾਲਰ ਵੀ ਬਹੁਤ ਸੋਹਣੀਆਂ ਗੇਂਦਾਂ ਕਰ ਰਿਹਾ, ਭਾ ਹਨੂੰਮਾਨ ਨੇ 2 ਗੇਂਦਾਂ ਕੀਤੀਆਂ, 1 ਡਾਟ 1 ਆਊਟ, ਤੀਸਰੀ ਗੇਂਦ ਕਰਨ ਨੂੰ ਤਿਆਰ, ਪਾਰ ਫਾਨ ਵੀ ਤਿਆਰ, ਬੈਟ ਘੁਮਾਇਆ ਲੇਕਿਨ ਗੇਂਦ ਜਿਸਮ ਨੂੰ ਵੱਜ ਗਏ ਥੱਲੇ ਹੀ, 1 ਸਕੋਰ ਮਿਲੇਗੀ, ਫੀਲਡਰ ਨੇ ਬਹੁਤ ਸੋਹਣਾ ਥਰੋ ਲੇਕਿਨ ਆਊਟ ਨਹੀਂ ਹੋਇਆ। ਲਓ ਜੀ, ਭਾ ਹਨੂੰਮਾਨ ਚੌਥੀ ਗੇਂਦ ਕਰੇਗਾ, ਬਹੁਤ ਸੋਹਣਾ ਵਰਕ ਕਰ ਰਿਹਾ, ਆਪਣੀ ਟੀਮ ਨੂੰ ਬਹੁਤ ਸਾਰਾ ਦੇ ਰਿਹਾ, ਚੌਥੀ ਗੇਂਦ ਕੀਤੀ ਲੇਕਿਨ ਫੀਲ ਹੋ ਗਈ, ਫੇਰ ਗੇਂਦ ਐਚ ਹੋਇਆ, ਸਿੰਗਲ ਮਿਲੇਗੀ। ਲੋ ਜੀ, ਪਾਨਵਾਨ 5ਵੀਂ ਗੇਂਦ ਕਰੇਗਾ, 2 ਸਕੋਰ ਖਾ ਚੁੱਕਿਆ 4 ਗੇਂਦਾਂ 'ਤੇ, 5ਵੀਂ ਗੇਂਦ ਕੀਤੀ ਲੇਕਿਨ ਵਾਈਟ ਦਾ ਖਰਚਾ, ਲੇਕਿਨ ਵਾਈਟ ਨਹੀਂ ਦਿੱਤੀ ਅੰਪਾਇਰ, ਬਹੁਤ ਸੋਹਣਾ ਅੰਪਾਇਰ ਹੈ, ਬਹੁਤ ਪੁਰਾਣਾ ਅੰਪਾਇਰ ਹੈ, ਇਹਦੇ ਵੇਲੇ ਦੇ ਕਾਮ ਹੀ ਮਰ ਗਏ ਨੇ। ਲੋ ਜੀ, ਲਾਸਟ ਗੇਂਦ ਕਰੇਗਾ ਭਾ ਹਨੂੰਮਾਨ, ਬਹੁਤ ਸੋਹਣਾ ਵਰਕ ਕੀਤਾ, ਲਾਸਟ ਗੇਂਦ 'ਤੇ ਤਕਰੀਬਨ ਚੌਕਾ। ਲੋ ਜੀ, 5ਵਾਂ ਵਰਕ ਕਰੇਗਾ ਦਾਨੀਆਲ ਧਾਰੀਵਾਲ ਵਾਲਾ, ਦਾਨੀਆਲ ਪਹਿਲੀ ਗੇਂਦ ਬੜੀ ਸਪੀਡ ਨਾਲ, ਗੇਂਦ ਬਹੁਤ ਸੋਹਣੀ ਗੇਂਦ, ਬੈਟਸਮੈਨ ਨੇ ਸ਼ਾਟ ਮਾਰੀ ਲੇਕਿਨ ਕੋਸ਼ਿਸ਼ ਕੀਤੀ, ਫੀਲਡਰ ਗੇਂਦ 'ਤੇ ਮੌਜੂਦ, ਦਾਨੀਆਲ ਧਾਰੀਵਾਲ
ਧਾਰੀਵਾਲ ਤੋਂ ਆਏ ਨੇ ਸਵੇਰੇ ਫਜਰ ਵੇਲੇ, ਪਹਿਲੀ ਗੇਂਦ ਬੜੀ ਸੋਹਣੀ ਕੀਤੀ, ਦੂਸਰੀ ਗੇਂਦ ਕਰਨ ਨੂੰ ਤਿਆਰ, ਬਹੁਤ ਸਪੀਡ ਨਾਲ ਬਾਂਹ ਘੁਮਾਈ, ਲੇਕਿਨ ਬੈਟਸਮੈਨ ਨੇ ਥੱਲੇ ਸ਼ਾਟ ਮਾਰੀ, ਫੀਲਡਰ ਗੇਂਦ ਤੇ ਮੌਜੂਦ, ਬਹੁਤ ਅੱਛਾ ਥਰੋ, ਔਰ ਤੁਹਾਨੂੰ ਤਾਂ ਬਚ ਗਿਆ। ਦਾਨੀਆਲ ਗੇਂਦ ਕਰਨ ਵਾਸਤੇ ਤਿਆਰ, ਤੀਸਰੀ ਗੇਂਦ ਕੀਤੀ, ਬੈਟਸਮੈਨ ਨੇ ਬੈਟ ਘੁਮਾਇਆ ਲੇਕਿਨ ਬਹੁਤ ਹੀ ਸਲੋ ਸ਼ਾਟ, ਫੀਲਡਰ ਨੇ ਆਰਾਮ ਨਾਲ ਫੜੀ ਲੇਕਿਨ ਛੱਡਤੀ, ਫੀਲਡਰ ਇੰਝ ਮੈਂ ਕੁੱਕੜੀ ਫੜਨ ਲੱਗ ਪਿਆ, ਗੇਂਦ ਥਰੋ ਕਰਦਾ ਰੁਕ ਗਿਆ, ਫਿਰ ਕਰਦਾ। ਦਾਨੀਆਲ ਧਾਰੀਵਾਲ ਬਹੁਤ ਸੋਹਣੇ ਗੇਂਦ ਕਰਦਾ ਪਿਆ, ਤੀਸਰੀ ਗੇਂਦ ਕਰਨ ਵਾਸਤੇ ਤਿਆਰ, ਬਹੁਤ ਸੋਹਣੀ ਗੇਂਦ ਕੀਤੀ ਲੇਕਿਨ ਬੈਟਸਮੈਨ ਨੇ ਸਿੰਗਲ ਹੀ ਲਏਗਾ, ਬੈਟਸਮੈਨ ਦੂਸਰੀ ਲੈਣ ਵਾਸਤੇ ਦੌੜ ਪਿਆ, ਫੀਲਡਰ ਨੇ ਥਰੋ ਕੀਤਾ, ਬਹੁਤ ਸੋਹਣਾ ਥਰੋ, ਦੂਜੀ ਸਕੋਰ ਲੈਣ ਤੋਂ ਰੋਕ ਲਿਆ। ਦਾਨੀਆਲ ਧਾਰੀਵਾਲ ਹੋਇਆ ਬਹੁਤ ਸੋਹਣਾ ਵਰ ਕਰਦਾ ਪਿਆ, ਪੰਜਵੀਂ ਗੇਂਦ ਕਰਨ ਵਾਸਤੇ ਤਿਆਰ, ਬਹੁਤ ਸੋਹਣੀ ਗੇਂਦ ਤੇ ਬਹੁਤ ਸੋਹਣੀ ਸ਼ਾਟ, ਵਗਾਤਾ ਬੱਲਾ ਘੁਮਾਇਆ ਗੇਂਦ ਬਾਉਂਡਰੀ ਤੋਂ ਬਾਹਰ, ਬਹੁਤ ਸੋਹਣੀ ਸ਼ਾਟ। ਦਾਨੀਆਲ ਅੱਛੀ ਗੇਂਦ ਕਰਨ ਤੋਂ ਬਾਅਦ ਇੱਕ ਛਿੱਕਾ ਖਾਧਾ ਪੰਜਵੀਂ ਗੇਂਦ, ਛੇਵੀਂ ਗੇਂਦ ਕਰਨ ਵਾਸਤੇ ਤਿਆਰ, ਬਹੁਤ ਸਪੀਡ ਨਾਲ ਬਾਜ਼ੂ ਘੁਮਾਇਆ ਗੇਂਦ ਕੀਤਾ ਲੇਕਿਨ ਬੈਟਸਮੈਨ ਨੇ ਸ਼ਾਟ ਮਾਰੀ, ਲੇਕਿਨ ਦੇਖੋ ਹੁਣ ਫੈਸਲਾ ਹੁੰਦਾ, ਗੇਂਦ ਫੀਲਡਰ ਦੇ ਉੱਤੇ, ਓਹੋ ਫੀਲਡਰ ਨੇ ਗੇਂਦ ਛੱਡਤਾ, ਗੇਂਦ ਮੈਨੂੰ ਲੱਗਦਾ ਜੰਜਾ ਲੁੱਟਦਾ ਪਿਆ, ਫੀਲਡਰ ਦੋ ਸਕੋਰ ਮਿਲੇਗੀ ਬੈਂਗਲਾ ਮੈਨ ਵੀਰ ਨੂੰ। ਪਾਨਮਾਨ ਆਇਆ ਜੀ ਓਵਰ ਕਰਨ ਵਾਸਤੇ, ਪਿਛਲਾ ਓਵਰ ਬੜਾ ਸੋਹਣਾ ਕੀਤਾ, 6 ਸਕੋਰ ਖਾਧੀ ਸੀ ਜੀ, ਲਓ ਜੀ ਗੇਂਦ ਕਰਨ ਵਾਸਤੇ ਤਿਆਰ, ਬਾਲਰ ਨੇ ਗੇਂਦ ਕੀਤੀ, ਬੈਟਸਮੈਨ ਨੇ ਬੱਲਾ ਘੁਮਾਇਆ ਲੇਕਿਨ ਖਾਧੀ ਫਿਰ ਲਾਤੇ ਉੱਤੇ, ਰਮਾਨ ਸਾਹਿਬ ਗੇਂਦ ਕਰਨ ਵਾਸਤੇ ਤਿਆਰ, ਗੇਂਦ ਕੀਤੀ, ਬੈਟਸਮੈਨ ਨੇ ਬੱਲਾ ਘੁਮਾਉਣ ਦੀ ਕੋਸ਼ਿਸ਼ ਲੇਕਿਨ ਬੋਲਡ, ਬਹੁਤ ਸੋਹਣੀ ਗੇਂਦ ਅਤੇ ਬਹੁਤ ਸੋਹਣੀ ਸ਼ਾਟ, ਫੀਲਡਰ ਨੇ ਬਹੁਤ ਅੱਛੀ ਫੀਲਡਿੰਗ ਕੀਤੀ, ਥਰੋ ਕੀਤਾ, ਇੱਕ ਸਕੋਰ ਮਿਲੇਗੀ। ਲਓ ਜੀ ਪਾਜਮਾਨ ਬਹੁਤ ਸੋਹਣੇ ਗੇਂਦ ਕਰਦਾ ਪਿਆ, ਤੀਜੀ ਗੇਂਦ ਕਰਨ ਨੂੰ ਤਿਆਰ, ਬੈਟਸਮੈਨ ਨੇ ਬੱਲਾ ਘੁਮਾਇਆ ਲੇਕਿਨ ਫਿਰ ਸਿੰਗਲ ਮਿਲਣ ਦਾ ਖਦਸ਼ਾ, ਅਤੇ ਸਿੰਗਲ ਹੀ ਮਿਲੇਗੀ, ਫਿਰ ਫੀਲਡਰ ਨੇ ਗੇਂਦ ਛੱਡ ਛੱਡੀ, ਦੂਸਰੀ ਗੇਂਦ, ਦੂਸਰੀ ਸਕੋਰ, ਕੀ ਬਾਤ ਹੈ ਜੀ, ਬਹੁਤ ਸੋਹਣੀ ਰਨਿੰਗ ਕੀਤੀ ਜੀ ਬੈਟਸਮੈਨ ਨੇ। ਪਾਜਮਾਨ ਗੇਂਦ ਕੀਤੀ ਵਾਈਟ ਬਾਲ, ਬਹੁਤ ਸੋਹਣੀ ਗੇਂਦ ਅਤੇ ਬਹੁਤ ਸੋਹਣੀ ਸ਼ਾਟ, ਬਾਉਂਡਰੀ ਤੋਂ ਗੇਂਦ ਬਾਹਰ, 6 ਸਕੋਰ ਮਿਲੇਗੀ। ਲਓ ਜੀ ਪਾਨਮਾਨ ਗੇਂਦ ਕਰਨ ਤਿਆਰ, ਬਹੁਤ ਸੋਹਣੀ ਗੇਂਦ ਕਰਦਾ ਪਿਆ, ਪੰਜਵੀਂ ਗੇਂਦ ਕੀਤੀ, ਫੁੱਲ ਟਾਸ ਕੀਤੀ, ਬੈਟਸਮੈਨ ਨੇ ਭਲਾ ਘੁਮਾਇਆ ਜੀ, ਘੁਮਾਇਆ ਛੁਰੀ ਘੁਮਾਈ, ਉਹ ਫੀਲਡਰ ਨੇ ਗੇਂਦ ਛੱਡਦੀ, ਗੇਂਦ 2 ਸਕੋਰਾਂ, 2 ਦੌੜਾਂ ਮਿਲੀਆਂ ਬੈਂਗਲਾ ਮੈਨ ਬੀ ਨੂੰ, ਆਊਟ ਹੋਣ ਦਾ ਖਦਸ਼ਾ, ਆਊਟ ਹੋ ਗਿਆ ਹੈ। ਲਓ ਜੀ 90 ਸਕੋਰ ਕੀਤੀ ਜੇ ਬੈਂਗਲਾ ਮੈਨ ਬੀ ਨੇ, ਅਤੇ ਹੁਣ ਤੁਹਾਨੂੰ ਅਗਲੀ ਕਮੈਂਟਰੀ ਮਿਲਾਂਗੇ, ਕੈਮਰਾਮੈਨ ਹਬੀਬੁਰ ਰਹਿਮਾਨ ਅਤੇ ਕਮੈਂਟਰੀ ਸਾਬਰ ਭੱਟ, ਅੱਲਾ ਹਾਫਿਜ਼।